ਅੱਖਾਂ ਜੱਕ ਪਾ ਕੇ ਗੱਲ ਕਰ ਤੇ ਬਾਜਵਾ ਸਾਹਮਣੇ ਪਵੇ ਉਹ ਬੈਠਾ ਪੰਜਾਬ ਦਾ ਪੁੱਤ ਉਹ ਸਾਡਾ ਬੱਬਲ ਸ਼ੇਰ ਬੈਠਾ ਕਿ ਪੰਜਾਬੀ ਨੇ ਤੇ ਕੀ ਦਿੱਤਾ ਇਹ ਸਾਹਮਣੇ ਬੈਠੇ ਕੋਲ ਇਹ ਸਾਹਮਣੇ ਕਿਉਂ ਨਹੀਂ ਬੈਠੇ ਇਹਨਾਂ ਦੇ ਖਿਲਾਫ ਕਾਰਵਾਈ ਕਰੋ ਜੇ ਇਹਨਾਂ ਦੀ ਹਿੰਮਤ ਹੈ ਪੰਜਾਬ ਦੇ ਲੋਕਾਂ ਨੇ ਆਪਾਂ 117 ਨੂੰ ਇੱਥੇ ਆਪਦੇ ਦੁੱਖ ਦਰਦ ਦਾ ਹੱਲ ਕਰਨ ਲਈ ਭੇਜਿਆ ਇੱਥੇ 2 ਦਿਨ ਪੂਰੇ 2 ਦਿਨ 70-80 ਲੱਖ ਰੁਪਇਆ ਇੱਕ ਦਿਨ ਦਾ ਖਰਚ ਆਉਂਦਾ 2 ਦਿਨ ਤੁਸੀਂ ਮੇਰੇ ਕੁਝ ਮਾਣਯੋਗ ਮੈਂਬਰਾਂ ਨੇ ਜਿਨ੍ਹਾਂ ਨੂੰ ਹੁਣ ਮੈਨੂੰ ਕਮੈਂਟ ਕਰਦਿਆਂ ਬੜਾ ਭਾਰੀ ਮੈਨੂੰ ਦੁੱਖ ਹੋ ਰਿਹਾ ਕਿ ਉਹ 2 ਦਿਨ ਪੰਜਾਬ ਦੇ ਲੋਕਾਂ ਨੇ ਵੇਸਟ ਕਰ ਦਿੱਤੇ ਚੇਅਰ ਦੀ ਤੋਹੀਨ ਕਰਨ ਵੀ ਨਹੀਂ ਜਾਣਦੇ ਫਿਰ ਮੈਂ ਸਖਤ ਫੈਸਲੇ ਲਵਾਂਗਾ ਤੇ ਤੁਹਾਡੇ ਕੋਲੋਂ ਬਰਦਾਸ਼ਤ ਨਹੀਂ ਹੋਣਾ ਸਪੀਕਰ ਸਾਹਿਬ ਮੈਂ ਤੁਹਾਡੇ ਰਾਹੀਂ ਮੈਂ ਸਾਰੀ ਦੁਨੀਆ ਸਾਰੇ ਪੰਜਾਬੀ ਇਸ ਸੈਸ਼ਨ ਨੂੰ ਵੇਖ ਰਹੇ ਦੁਨੀਆ ਭਰ ਦੇ ਲੋਕ ਵੇਖ ਰਹੇ ਸਾਹਮਣੇ ਬੈਠਾ ਪੰਜਾਬ ਦਾ ਪੁੱਤ ਸਾਹਮਣੇ ਬੈਠਾ ਪੰਜਾਬ ਦਾ ਮੁੱਖ ਮੰਤਰੀ ਇਹ ਅੱਖਾਂ ਚ ਅੱਖ ਪਾ ਕੇ ਗੱਲ ਕਰ ਇਹ ਬਾਜਵਾ ਸਾਹਮਣੇ ਪਵੇ ਉਹ ਬੈਠਾ ਪੰਜਾਬ ਦਾ ਪੁੱਤ ਉਹ ਸਾਡਾ ਬੱਬਲ ਸ਼ੇਰ ਬੈਠਾ ਇਹ ਸਾਹਮਣੇ ਬੈਠ ਇਹ ਦੱਸਣ ਇਹਨਾਂ ਨੇ 5 ਸਾਲ ਕੀ ਕੀਤਾ ਸਾਡਾ ਮੁੱਖ ਮੰਤਰੀ ਦੱਸਦਾ ਕਿ 5 ਮਹੀਨੇ ਦੇ ਕੀ ਦਿੱਤਾ ਇਹ ਸਾਹਮਣੇ ਬੈਠ ਇੱਕ ਵਾਰ ਇਹ ਸਾਹਮਣੇ ਕਿਉਂ ਨਹੀਂ ਬੈਠੇ ਇਹਨਾਂ ਸਾਹਮਣੇ ਬਹੋ ਇੱਕ ਵਾਰ ਇਹ ਪਹਿਲੀ ਵਾਰ ਪੰਜਾਬ ਦੇ ਇਤਿਹਾਸ ਵਿੱਚ ਏਦਾਂ ਦੀ ਵਿਰੋਧੀ ਧਿਰ ਜਿਹੜੀ ਆਈ ਆ ਪਹਿਲੀ ਵਾਰ ਏਦਾਂ ਦਾ ਵਿਰੋਧੀ ਧਿਰ ਦਾ ਨੇਤਾ ਆਇਆ ਜਿਹਨੇ ਇਹਨਾਂ ਲੋਕਾਂ ਦਾ ਟਾਈਮ ਖਰਾਬ ਕਰਤਾ ਇਸ ਕਰਕੇ ਇਹਨਾਂ ਨੂੰ ਬਾਹਰ ਕੱਢੋ ਇਹਨਾਂ ਦੇ ਖਿਲਾਫ ਕਾਰਵਾਈ ਕਰੋ ਜੇ ਇਹਨਾਂ ਦੀ ਹਿੰਮਤ ਹੈ ਉਹ ਬੈਠਾ ਸ਼ੇਰ ਉਹਦੇ ਸਾਹਮਣੇ ਅੱਖ ਚੱਖ ਪਾ ਕੇ ਗੱਲ ਕਰ ਉਹ ਬੈਠਾ ਭਗਵੰਤ ਮਾਨ ਕੱਲ ਕਹਿੰਦੇ ਸੀਐਮ ਜੀ ਉਹ ਬੈਠਾ ਇਹਨਾਂ ਦੇ ਸਾਹਮਣੇ ਕੱਲ ਗੱਲ ਹੁਣ ਪੰਜਾਬ ਦੇ ਮੁੱਦਿਆਂ ਤੇ ਕੀ ਕਰਦੀ ਇਹਨਾਂ ਨੇ ਥੈਂਕ ਯੂ ਸਰ ਧੰਨਵਾਦ ਜੀ ਮੈਂ ਬੈਠੋ ਕੋਈ ਜਿੰਦਾ ਬਿਲਕੁਲ ਗਲਤ ਗੱਲ ਇੱਥੇ ਡਿਸਿਪਲਿਨ ਬਣਾ ਕੇ ਰੱਖਿਆ ਜਾਵੇ ਮੈਂ ਇੱਕ ਬੇਨਤੀ ਕਰਨੀ ਚਾਹੁੰਦਾ ਸਾਰੇ ਪੰਜਾਬ ਦੇ ਲੋਕਾਂ ਨੇ ਆਪਾਂ 117 ਨੂੰ ਇੱਥੇ ਆਪਦੇ ਦੁੱਖ ਦਰਦ ਦਾ ਹੱਲ ਕਰਨ ਲਈ ਭੇਜਿਆ ਇੱਥੇ 2 ਦਿਨ ਪੂਰੇ 2 ਦਿਨ 70-80 ਲੱਖ ਰੁਪਇਆ ਇੱਕ ਦਿਨ ਦਾ ਖਰਚ ਆਉਂਦਾ 2 ਦਿਨ ਤੁਸੀਂ ਮੇਰੇ ਕੁਝ ਮਾਣਯੋਗ ਮੈਂਬਰਾਂ ਨੇ ਜਿਨ੍ਹਾਂ ਨੂੰ ਹੁਣ ਮੈਨੂੰ ਕਮੈਂਟ ਕਰਦਿਆਂ ਬੜਾ ਭਾਰੀ ਮੈਨੂੰ ਦੁੱਖ ਹੋ ਰਿਹਾ ਕਿ ਉਹ 2 ਦਿਨ ਪੰਜਾਬ ਦੇ ਲੋਕਾਂ ਨੇ ਵੇਸਟ ਕਰ ਦਿੱਤੇ ਤੁਸੀਂ ਐਡੇ ਅਹਿਮ ਮੁੱਦੇ ਪੰਜਾਬ ਦੇ ਲੋਕਾਂ ਦੇ ਸਾਹਮਣੇ ਖੜੇ ਨੇ ਜਿਨ੍ਹਾਂ ਨੂੰ ਇੱਥੇ ਡਿਸਕਸ ਕੀਤੇ ਜਾਣਾ ਚਾਹੀਦਾ ਲੇਕਿਨ ਮਾਣਯੋਗ ਮੈਂਬਰ ਸਾਹਿਬਾਨ ਵਾਰ ਵਾਰ ਬੇਨਤੀ ਕਰਨ ਤੇ ਵੀ ਔਰ ਤੁਸੀਂ ਚੇਅਰ ਦੀ ਤੋਹੀਨ ਕਰਨ ਵੀ ਨਹੀਂ ਜਾਣਦੇ ਫਿਰ ਮੈਂ ਸਖਤ ਫੈਸਲੇ ਲਵਾਂਗਾ ਤੇ ਤੁਹਾਡੇ ਕੋਲੋਂ ਬਰਦਾਸ਼ਤ ਨਹੀਂ ਹੋਣਾ ਸੋਮਵਾਰ ਨੂੰ ਤਿਆਰੀ ਕਰਕੇ ਆਇਓ ਵੀ ਆਹ 2 ਦਿਨ ਕਿਉਂ ਵੇਸਟ ਕੀਤੇ ਪੰਜਾਬ ਦੇ ਲੋਕਾਂ ਨੇ ਤੁਹਾਡੇ ਕੋਲੋਂ ਜਵਾਬ ਮੰਗਿਆ ਜਾਏਗਾ ਇਸ ਗੱਲ ਦਾ 2 ਦਿਨ ਤੁਸੀਂ ਪੰਜਾਬ ਦੇ ਨੌਜਵਾਨਾਂ ਦੇ ਮੁਲਾਜ਼ਮਾਂ ਦੇ ਮਜ਼ਦੂਰਾਂ ਦੇ ਦਲਿਤਾਂ ਦੇ ਕਿਸਾਨਾਂ ਦੇ ਵੇਸਟ ਕੀਤੇ ਤੁਸੀਂ ਇਹ ਨਹੀਂ ਹੋਣੇ ਚਾਹੀਦੇ ਇੱਥੇ ਡਿਸਕਸ਼ਨ ਹੋਣੀ ਚਾਹੀਦੀ ਹੈ ਸੋ ਮੈਂ ਸਦਨ ਸੋਮਵਾਰ ਮਿਤੀ 3 ਅਕਤੂਬਰ 2022 ਨੂੰ 2 ਵਜੇ ਬਾਅਦ ਦੁਪਹਿਰ ਤੱਕ ਸਥਗਿਤ ਕਰਦਾ ਹਾਂ।